like you. ਜੀ ਪਤੀਲਾ ਜੀ ਕਿੱਧਰ ਬਿਜੀ ਹੋ? ਉਹ ਕੁਛ ਨਹੀਂ ਯਾਰ, ਰਾਹੁਲ ਮਨਜੀਤ ਭਾਈ ਨੇ ਡਿਊਟੀ ਲਾਈ ਸੀਗੀ, ਆਪਾਂ ਦਿੱਲੀ ਜਾਣਾ ਪ੍ਰਮੋਸ਼ਨ ਤੇ ਉਹਨਾਂ ਦੀ। ਅੱਛਾ। ਤੇ ਉਹਨਾਂ ਦਾ ਬਹੁਤ ਵੱਡਾ ਉੱਥੇ ਇਲੈਕਟ੍ਰੋਨਿਕ ਸਟੋਰ ਆ। ਅੱਜ ਕੱਲ੍ਹ ਤਾਂ ਉਹਨਾਂ ਨੇ ਮੈਂ ਕਹਿੰਦਾ ਜਿਹੜਾ ਘਰ ਦਾ ਸਮਾਨ, ਚਾਦਰਾਂ ਵਗੈਰਾ ਕੀ, ਮੈਂ ਕਹਿੰਦਾ ਕਰੋਕਰੀ ਕੀ, ਬੱਲੇ ਬੱਲੇ ਕਰਾਈ ਪਈ ਆ। ਓਕੇ। ਤੇ ਸੋ ਕਹਿੰਦੇ ਸੀ ਪਤੀਲਾ ਜੀ ਤੁਸੀਂ ਵੀ ਆਓ ਤੇ ਆ ਕੇ ਥੋੜ੍ਹੀ ਜਿਹੀ ਸਾਡੇ ਲਈ ਵੀਡੀਓ ਬਣਾਓ। ਓਕੇ। ਤੇ ਸਾਡਾ ਮਤਲਬ ਬਹੁਤ ਵਧੀਆ ਗੱਲ ਆ ਕਿ ਭਾਈ ਨੇ ਸਾਨੂੰ ਜਲੰਧਰੋਂ ਯਾਦ ਕੀਤਾ ਤੇ ਆਪਾਂ ਜਾ ਰਹੇ ਹਾਂ। ਭਾਈ ਨੇ ਟਿਕਟਸ ਭੇਜੀਆਂ ਸੀਗੀਆਂ ਫਲਾਈਟ ਦੀਆਂ, ਤੇਰੀ ਤੇ ਮੇਰੀ, ਉਹ ਚੈੱਕ ਕਰ ਰਿਹਾ ਸੀਗਾ ਵੀ ਦੇਖਾਂ ਵੀ ਉਹ ਆ ਗਈ ਹੈ ਕਿ ਨਹੀਂ ਆ ਗਈ। ਇੱਕ ਮਿੰਟ ਚੈੱਕ ਕਰ ਲਈਏ ਯਾਰ। ਲੈ ਬਈ ਟਿਕਟ ਤਾਂ ਆਪਣੀ ਆ ਗਈ ਹੈ। ਓਕੇ। ਵਿਸਤਾਰਾ ਦੀ 3:30 ਵਜੇ ਦੀ ਫਲਾਈਟ ਹੈ ਅਤੇ ਕਿੰਨਾ ਟਾਈਮ ਹੋ ਗਿਆ? 11 ਵਜਣ ਵਾਲੇ ਆ। ਤੋ 11 ਵਜੇ ਆਪਾਂ ਉਹਨੂੰ ਬੁਲਾਇਆ ਹੋਇਆ ਟੈਕਸੀ ਵਾਲਿਆਂ ਨੂੰ ਵੀ, ਆਉਂਦਾ ਹੀ ਹੋਣਾ ਵੀਰ, ਅਤੇ ਬਸ ਫਿਰ ਚੱਲੀਏ। ਚਲੋ ਦੋਸਤੋ, ਗੱਡੀ ਆਪਣੀ ਆ ਗਈ ਆ ਅਤੇ ਆਪਾਂ ਚੱਲੀਏ ਫਿਰ ਅੰਮ੍ਰਿਤਸਰ ਨੂੰ, ਉੱਥੋਂ ਫਿਰ ਲੈਂਦੇ ਫਲਾਈਟ ਦਿੱਲੀ। ਆ ਜਾਓ। ਹੋਰ ਭਾਅ ਜੀ ਕੀ ਹਾਲ ਚਾਲ? ਤੁਸੀਂ ਲੇਟ ਹੋ ਗਏ ਹੈ। ਆਪਣੇ ਭਾਅ ਜੀ ਆ ਗਏ, ਕਰਨ ਭਾਅ ਜੀ, ਇਹ ਸਾਨੂੰ ਛੱਡ ਕੇ ਆਉਣਗੇ। ਕਰਨ ਭਾਅ ਜੀ ਹਾਏ ਕਰ ਦਿਓ। ਹੈਲੋ ਭਾਅ ਜੀ, ਗੱਡੀ ਤਾਂ ਤੁਹਾਡੀ ਠੀਕ ਹੈ ਯਾਰ, ਪਰ ਸੀਟਾਂ ਬਹੁਤ ਜ਼ਿਆਦਾ ਗਰਮ ਆ, ਦੇਖੋ ਨਾ ਪਿੱਛੋਂ ਪੂਰਾ ਮੇਰੇ ਪਸੀਨਾ ਆ ਗਿਆ। ਭਾਅ ਜੀ ਗੱਡੀ ਤੁਸੀਂ ਦੂਜੀ ਲਓ, ਅੱਜ ਕੱਲ੍ਹ ਪਤਾ ਗੱਡੀ ਦੀਆਂ ਜਿਹੜੀਆਂ ਨਾ ਸੀਟਾਂ ਆ ਉਹ ਗੱਡੀ ਠੰਡੀਆਂ ਕਰ ਦਿੰਦੀ ਆ, ਤੁਸੀਂ ਬੈਠੋਗੇ ਠੰਡੀਆਂ ਸੀਟਾਂ, ਇਹੋ ਜਿਹੀ ਗੱਡੀ ਲਓ ਭਾਅ ਜੀ। ਅੱਛਾ ਜੀ, ਇੱਦਾਂ ਦੀ ਵੀ? ਹਾਂ, ਤੁਹਾਡੇ ਵਾਲੀ ਗੱਡੀ 'ਚ ਹੈਗੀ ਆ ਇੱਦਾਂ ਦੀ ਸੀਟਾਂ? ਨਹੀਂ ਹੈ ਤਾਂ ਵੈਸੇ ਮੇਰੀ ਵਾਲੀ 'ਚ ਵੀ ਨਹੀਂ। ਰਾਹੁਲ ਯਾਰ ਆਪਾਂ ਵੀ ਮੈਂ ਕਹਿੰਦਾ ਠੰਡੀਆਂ ਸੀਟਾਂ ਲਈ ਲਈਏ ਯਾਰ। ਦੋਸਤੋ ਆਪਾਂ ਪਹੁੰਚ ਗਏ ਹਾਂ ਅੰਮ੍ਰਿਤਸਰ ਏਅਰਪੋਰਟ, ਹੁਣ ਅੰਦਰ ਤੁਹਾਨੂੰ ਦਿਖਾਉਂਦੇ ਹਾਂ ਅੰਦਰਲੀਆਂ ਗੱਲਾਂ ਬਾਤਾਂ। ਸਮਾਨ ਕੱਢ ਲਿਆ? ਆਪਣੀ ਟਿਕਟ ਅਤੇ ਆਧਾਰ ਕਾਰਡ ਦਿਖਾ ਦੇਈ, ਠੀਕ ਹੈ? ਹਾਂਜੀ, ਆਪਣੀ ਟਿਕਟ ਅਤੇ ਆਧਾਰ ਕਾਰਡ। ਥੈਂਕ ਯੂ ਜੀ। ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਠੀਕ ਹੋ ਜੀ? ਸਤਿ ਸ਼੍ਰੀ ਅਕਾਲ। ਕਿੱਦਾਂ ਵੀਰੇ, ਕੀ ਹਾਲ ਆ ਵੀਰੇ? ਠੀਕ ਠਾਕ। ਹਾਂਜੀ, ਹਾਂਜੀ, ਹਾਂਜੀ। ਥੈਂਕ ਯੂ ਵੀਰੇ, ਥੈਂਕ ਯੂ। ਵਿਸਟਾਰਾ ਕਿਹੜਾ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਠੀਕ ਹੋ ਜੀ? ਵਧੀਆ। ਇਹ ਰਾਹੁਲ ਦਾ, ਇੱਕ ਮੇਰਾ ਵੀ ਹੋਣਾ। ਆ ਗਿਆ ਨਾ, ਇੱਕ ਹੀ ਬੈਗ, ਇੱਕ ਹੀ ਬੈਗ। ਲਓ ਜੀ, ਇਹਨਾਂ ਨੇ ਭਾਰ ਦੇ ਹਿਸਾਬ ਨਾਲ ਪਤਾ ਨਹੀਂ ਮੈਨੂੰ 2 ਬੋਰਡਿੰਗ ਪਾਸ ਦਿੱਤੇ ਆ, ਜੋਕਿੰਗ, ਇੱਕ ਮੇਰਾ, ਇੱਕ ਕੈਮਰੇ ਦੇ ਪਿੱਛੇ ਰਾਹੁਲ ਦਾ। ਥੈਂਕ ਯੂ ਭਾਅ ਜੀ, ਥੈਂਕ ਯੂ। ਇੱਧਰ ਆ ਜਾ। ਚਲੋ ਆ ਜਾਓ ਤੁਸੀਂ, ਆ ਜਾਓ ਸਾਰੇ ਉਸ ਸਾਈਡ ਤੇ ਆ ਗਏ। ਬਸ ਝੂਠ ਵੀ ਆ ਗਏ ਵਿੱਚ, ਠੀਕ ਹੈ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਖੇਤੇ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਜਿਹੜੀ ਲਿਫਟ ਹੈ ਉਹ ਨਹੀਂ ਚੱਲ ਰਹੀ, ਅਤੇ ਹੁਣ ਪੈਦਲ ਯਾਤਰਾ। ਮੈਂ ਕਿੱਥੇ ਗਿਆ? ਕਿਹੜਾ? ਵਾਏ, ਕਿਸੇ ਘਰ ਪੇ ਨਹੀਂ? ਇਹ ਕਿਉਂ? ਹਮਾਰੇ ਪਾਸ ਸਿਲੈਕਟਡ ਕਾਰ ਹੈ, ਹਮ ਬੈਂਕਸ ਕੇ ਸਿਲੈਕਟਡ ਕਾਰ। ਨਹੀਂ ਚੱਲਿਆ ਸੀ? ਰੁਪਏ ਸਰ ਨਹੀਂ ਹੈ, ਰੁਪਏ ਵੀ ਸਿਲੈਕਟਡ ਨਹੀਂ। ਪੰਜਾਬ ਐਂਡ ਸਿੰਧ ਬੈਂਕ? ਹਾਂ ਸਰ। ਇਹ ਪੰਜਾਬ ਸਿੰਧ ਬੈਂਕ ਹੈ ਨਾ? ਹਮਾਰੇ ਪਾਸ ਐਕਸਿਸ ਹੈ, ਆਈਸੀਆਈਸੀ। ਨਹੀਂ ਇਹ ਕਿਹੜਾ ਹੈ? ਇਹ ਹੈ। ਆ ਕਿਹੜਾ?
पंजाब एंड सिंध बैंक कितने गया? एक और आ चलेगा, मैं लगता 2 रुपये के गल बन जाएगी। चल गया। तो दोस्तों देखो व्यू एयरपोर्ट का। सो ये लॉन्च है, ये लॉन्च के आप जा रहे हैं, ठीक है जी। वेटिंग एरिया लॉन्च मेरा तो 200 रुपये 2 रुपये चल गया, राहुल लई 500 रुपया खर्चना पैना। चलो कोई गल नहीं, सानू इतने महेश भट्ट जी भी मिल गया। हवा कितने आती है? हवा कितने आती है? इतने आएगी? कर दो मेरा भरा, पर अपन टेबल पे पहले रोटी खा लिए फिर कर लिया। इतने बैठ जाने सारे कार्ड वापस ले लिया ना। अल बेटा यदा एंट्री अच्छा होगी बाहर ही चल आ गया। दिखा बक्के दिखा। तो दोस्तों 2 रुपये खर्चे आप बफे च। देखो तुम्हें राइस मिल रहे है, रायता मिल रहा, सरदार जी खा रहे बड़े खुश हो गए। नाल आ सब्जी खा दी है, छोलियाँ की दाल है जी, गल बात है। ये नॉन वेज होना नहीं, वो पनीर हो क्या बात है। ये नॉन वेज होना अपना ही खोल दिए है ना, नाल नाल चपाती है, नाल पानी है। हूँ असी अपनी रोटी पानी है, हाँ टी कॉफी कोल्ड ड्रिंक जिनी मर्जी पीओ, ढिड भर लो ताकि तुम गड्डी च प्लेन च नींद आ जाए। सो दोस्तों आप पहुँच गए अपने टेबल पर, तुम चेक कर सकते हो मैं थोड़ा थोड़ा समान ही पाया क्योंकि 500 रुपये लगा है राहुल दा, मेरे तो 2 रुपये लगे। ये थोड़ा ज़्यादा किनू कहते हैं? ये थोड़ा तो ज़्यादा किनू कहते? बकवास ना कर। थैंक यू ना है। चलो ओके, मिलते हैं खाना खाने के बाद। सो दोस्तों हुणी हुणी मैं मैडम नूं जाके पुछया, मैं कहा मेरा कार्ड भी SBI दा है, सॉरी पंजाब एंड सिंध बैंक का, राहुल का भी पंजाब एंड सिंध बैंक का, मेरा 2 रुपये के लॉन्च असैस हो गया, यदा क्यों नहीं होया? अगों ने पता की क्या कहती, भाजी ये अकाउंट से 2 रुपये भी है नहीं। मैं कुछ नहीं किया। लो जी दोस्तों विस्तारा की फ्लाइट है, 2:20 की बोर्डिंग सी, तो इधर देखो टाइम 2:40 हो गया, हले तक उत्थे कोई परिंदा पर नहीं मर रहा। वो कह रहे कि अजे तक जहाज ही नहीं आया, कर लो क्यों बनता। हाँ देखो दोस्तों इस इंसान वाल 500 रुपये खर्चिया, तो 10वीं बारी कप भरा लिया, कहिंदा अज 500 पूरे करके लैने। वो कोई शर्म कर ला लांदी है, मस्सी पी रहे, मस्सी पी रहे, कहिंदा 10वीं तो लोग मस्सी पींदे है, पहली पीती जाती बंदे को। सो दोस्तों सियाने कहिंदे हुंदे कि दुनिया बहुत छोटी जी है, आपां एयरपोर्ट बैठे हुए लॉन्च विच, ते बहुत ही प्यारा इंसान जिन्हूं कहा जा सकता है नवनीत जी मेरा भरा, एयरपोर्ट च आपां मिले हैं। मेरी बेटी दी तुहानूं पता सारिआं नूं कि मैरिज कपूरथला होई आ, साढ़े घर तो 5वां कि 6वां घर नवनीत दा, बहुत ही वधिया इंसान। मैं तो रिहा नहीं गया, मैं कहा जी तुहाडे नाल मिलावां। नवनीत जी कुछ कहना चाहोगे? मैनू तो तुहाडी तारीफ करनी चाहीदी है जी, जिस तरीके ना आप जी ने मैनू इन्ना मान बख्शा है, तुसीं एडे वड्डे इन्ने अहुदे ते पहुँच के भी मैनू इन्ना वड्डा कह रहे हो। नहीं नहीं नवनीत बहुत वधिया यार, गॉड ब्लेस यू, बहुत ही रियली रिया नहीं गया तारीफ करने तो बगैर भी, बहुत ही वधिया वे ऑफ टाकिंग। योजे बच्चे होंगे जे अपने खानदान का नाम रोशन करते हैं। सो मैं एक तुहानू इस प्लेटफॉर्म थ्रू मैसेज देना चाहना कि बच्चों सीखो, मतलब ये नहीं कि मुंडा बस वो कपूरथले जोगा ही है, बंदा आस्ट्रेलिया अमेरिका कैनेडा सारे पास घूमया होया, पर फिर भी इन्ना डाउन टू अर्थ, माई गॉड सीखने को मिलता है, लव यू। सो दोस्तों बोर्डिंग स्टार्ट हो गई है, आओ चलिए। बोर्डिंग स्टार्ट हो गया है, नज़र तो अजे भी कोई नहीं आ रहा है, नज़र तो अजे भी कोई नहीं आ रहा है, नज़र तो अजे भी कोई नहीं आ रहा है, दिल जित लिया ने। कपूरथले ही इन्हां दी बेटी ब्याही है, अपने भगवान के घर, अपने घर के पिछे ही है जी, कभी ना आऊंगा मैं जरूर आऊंगा जी। वीरे छड्डा जी लगता सी बेच आए दे।
बोलते नहीं रेलियां बनी हुई अपने आप एक तो उतर के जा रहे ने स्लाइडिंग स्लाइडिंग भाई 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 भाई। लो जी दोस्तों गड्डी आ गई है अपनी समान समान पीछे रखो हाँ जी हाँ जी आओ जी लो जी दोस्तों आप होटल आ गए हैं चलिए हम अपने रूम च ਸਲੋ ਜੀ ਦੋਸਤੋ ਆਪਾਂ ਹੋਟਲ ਪਹੁੰਚ ਗਏ ਹਾਂ ਅਤੇ ਹੁਣ ਇਸ ਤੋਂ ਬਾਅਦ ਆਪਾਂ ਜਾਵਾਂਗੇ ਡਿਨਰ ਵਾਸਤੇ ਮਨਜੀਤ ਭਾਅ ਜੀ ਕਹਿ ਰਹੇ ਕਿ ਡਿਨਰ ਆਪਾਂ ਇਕੱਠੇ ਕਰਨਾ ਸੋ ਇੱਦਾਂ ਦੀਆਂ ਗੱਲਾਂ ਬਾਤਾਂ ਸੋ ਦੋਸਤੋ ਦੇਖੋ ਰੂਮ ਬਹੁਤ ਹੀ ਵਧੀਆ ਹੋਟਲ ਹੈ ਅਤੇ ਹਰੇਕ ਚੀਜ਼ ਮੌਜੂਦ ਹੈ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਹੁੰਦੀ ਆ ਕਿ ਮੈਨੂੰ ਮੇਰਾ ਬਹਿਣ ਲਈ ਸੋਫਾ ਮਿਲ ਜਾਵੇ ਵਧੀਆ ਸੋ ਬਹੁਤ ਹੀ ਵਧੀਆ ਸੋਫਾ ਆਪਾਂ ਨੂੰ ਮਿਲ ਗਿਆ ਸੋਫਾ ਮਿਲ ਜਾਵੇ ਫਿਰ ਆ ਮੈਨੂੰ ਭਾਵੇਂ ਸਾਰੀ ਦਿਹਾੜੀ ਬਿਠਾਈ ਰੱਖੋ ਹਾਂਜੀ ਦੋਸਤੋ ਹੁਣ ਸਵੇਰ ਹੋ ਚੁੱਕੀ ਆ ਅਤੇ ਆਪਾਂ ਰਾਤੀ ਖਾਣਾ ਖੁਣਾ ਖਾ ਕੇ ਸੋ ਗਏ ਸੀ ਥੋੜ੍ਹੇ ਥੱਕੇ ਹੋਏ ਸੀ ਤਾਂ ਕਰਕੇ ਉਹ ਖਾਣੇ ਦਾ ਵਲੋਗ ਨਹੀਂ ਸ਼ੂਟ ਕੀਤਾ ਅਤੇ ਹੁਣ ਆਪਾਂ ਬ੍ਰੇਕਫਾਸਟ ਕਰਨੇ ਨਿਕਲ ਗਏ ਹਾਂ ਪਾਪਾ ਤਾਂ ਚਲੇ ਗਏ ਹੋਏ ਪਹਿਲਾਂ ਹੀ ਮੈਂ ਚੱਲਾਂ ਹਾਂ ਅਤੇ ਚਲੋ ਮਿਲਦੇ ਹਾਂ ਸਿੱਧਾ ਬ੍ਰੇਕਫਾਸਟ ਲਓ ਜੀ ਦੋਸਤੋ ਆਪਾਂ ਆ ਗਏ ਪਾਪਾ ਕੋਲ ਹੋਰ ਪਾਪਾ ਬਸ ਬ੍ਰੇਕਫਾਸਟ ਹੋ ਰਿਹਾ ਓਕੇ ਨਜ਼ਾਰੇ ਚਿਕਨ ਪੂੜੀਆਂ ਪਰਾਂਠੇ ਬਟਰ ਨਜ਼ਾਰਾ ਪੂਰਾ ਕਿਆ ਬਾਤ ਚਲੋ ਦੋਸਤੋ ਮੈਂ ਵੀ ਨਾਸ਼ਤਾ ਕਰ ਲਗਾ ਤਾਂ ਫਿਰ ਮਿਲਦੇ ਹਾਂ ਅਤੇ ਲਓ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਨਿਊ ਸਮਰਾਟ ਇਲੈਕਟ੍ਰੋਨਿਕ ਫਰੀਦਾਬਾਦ ਦੋਸਤੋ ਬਹੁਤ ਹੀ ਵੱਡਾ ਸ਼ੋਰੂਮ ਸਾਰੀਆਂ ਚੀਜ਼ਾਂ ਭਾਵੇਂ ਉਹ ਘਰ ਦੀਆਂ ਚਾਦਰਾਂ ਹੋਣ ਬਹੁਤ ਹੀ ਖੂਬਸੂਰਤ ਚਾਦਰਾਂ ਦੇਖੋ ਦੋਸਤੋ ਡਬਲ ਬੈੱਡ ਦੀਆਂ ਚਾਦਰਾਂ ਅਤੇ ਡਬਲ ਬੈੱਡ ਤੋਂ ਵੀ ਵੱਡੀਆਂ ਵੱਡੀਆਂ ਚਾਦਰਾਂ ਕਿੰਗ ਸਾਈਜ਼ ਇਲੈਕਟ੍ਰੋਨਿਕ ਦਾ ਸਮਾਨ ਸਾਰਾ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲੇਗਾ ਦੇਖੋ ਮਨਜੀਤ ਜੀ ਸਾਨੂੰ ਦਿਖਾ ਰਹੇ ਨੇ ਉਹ ਭਾਵੇਂ ਰੈਫਰੀਜਰੇਟਰ ਹੋਣ ਭਾਵੇਂ ਇੱਕ ਤੁਹਾਡੀ ਵਾਸ਼ਿੰਗ ਮਸ਼ੀਨ ਹੋਵੇ ਭਾਵੇਂ ਮਾਈਕ੍ਰੋਵੇਵ ਹੋਵੇ ਹਰ ਤਰ੍ਹਾਂ ਦੀਆਂ ਆਈਟਮਾਂ ਇੱਥੇ ਮਿਲਣਗੀਆਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ 'ਤੇ ਦੋਸਤੋ ਪੱਖੇ ਜੋ ਕਿ ਮਾਰਕੀਟ ਵਿੱਚ ਤੁਹਾਨੂੰ ਜੋ ਵੀ ਰੇਟ ਮਿਲੇਗਾ ਮਨਜੀਤ ਜੀ ਤੁਹਾਨੂੰ 20% 25% 30% ਡਿਸਕਾਊਂਟ 'ਤੇ ਪੱਖੇ ਪ੍ਰੋਵਾਈਡ ਕਰਨਗੇ ਬਹੁਤ ਹੀ ਸੋਹਣੇ ਪੱਖੇ ਈਵਨ ਤੁਹਾਨੂੰ ਰਿਮੋਟ ਕੰਟਰੋਲ ਵਾਲੇ ਪੱਖੇ ਵੀ ਮਿਲਣਗੇ ਅਤੇ ਦੋਸਤੋ ਇਹ ਮਨਜੀਤ ਜੀ ਦਿਖਾ ਰਹੇ ਨੇ ਚੁੱਲ੍ਹਾ ਜਿਹਦੀ ਮਾਰਕੀਟ ਵਿੱਚ ਕੀਮਤ ਹੈਗੀ 73,000 ਰੁਪਇਆ ਦੋਸਤੋ ਅਤੇ ਇੱਥੇ ਮਿਲੇਗਾ ਸਿਰਫ 44,000 ਵਿੱਚ ਕਿਆ ਕਮਾਲ ਕੀਤੀ ਹੋਈ ਹੈ ਮਨਜੀਤ ਜੀ ਨੇ ਸੋ ਜ਼ਰੂਰ ਆਓ ਘਰ ਦੀਆਂ ਚਿਮਨੀਆਂ ਲਓ ਮਤਲਬ ਕਹਿੰਦਾ ਕਿ ਤੁਸੀਂ ਇੱਕ ਛੱਤ ਦੇ ਥੱਲੇ ਜਿਹਨੂੰ ਕਹਿੰਦੇ ਨੇ ਨਿਊ ਸਮਰਾਟ ਇਲੈਕਟ੍ਰੋਨਿਕ ਫਰੀਦਾਬਾਦ ਹਰ ਤਰ੍ਹਾਂ ਦੀ ਘਰ ਦਾ ਸਮਾਨ ਲੈ ਸਕਦੇ ਹੋ ਚਿਮਨੀਆਂ ਆਟੋਮੈਟਿਕ ਬਹੁਤ ਹੀ ਵਧੀਆ ਤੁਸੀਂ ਹੱਥ ਬਸ ਅੱਗੇ ਦੀ ਲਿਜਾਣਾ ਹੈ ਚਿਮਨੀ ਬੰਦ ਹੱਥ ਪਿੱਛੇ ਲਿਜਾਣਾ ਚਿਮਨੀ ਚੱਲ ਨਮਸਕਾਰ ਦੋਸਤੋ ਮੈਂ ਮਨਜੀਤ ਸਿੰਘ ਨਿਊ ਸਮਰਾਟ ਇਲੈਕਟ੍ਰੋਨਿਕ ਅੱਜ ਹਮਾਰੇ ਪਾਸ ਹੈ ਸੰਦੀਪ ਜੀ ਜਿਨਕੋ ਆਪ ਬਹੁਤ ਪਿਆਰ ਸੇ ਪਤੀਲਾ ਜੀ ਵੀ ਬੋਲਦੇ ਤੋ ਆਪਕੋ ਆਜ ਆ ਕੇ ਕੈਸੇ ਲਗਾ ਔਰ ਕਿਤਨਾ ਆਪ ਜੋ ਦੇਖ ਰਹੇ ਸਭ ਕਾ ਪਿਆਰ ਯੇ ਜ਼ਰੂਰ ਬਤਾਏ
ਮਨਜੀਤ ਜੀ ਤੁਸੀਂ ਮੇਰਾ 5 ਲੱਖ ਦਾ ਕੁੰਡਾ ਗਲਾ ਦਿੱਤਾ ਹੈ। ਮੈਂ ਸੋਚ ਕੇ ਆਇਆ ਸੀ ਵੀ ਚਲੋ 10-15-20 ਹਜ਼ਾਰ ਤੇ 25 ਹਜ਼ਾਰ ਦੀ ਸ਼ੋਪਿੰਗ ਕਰ ਲਵਾਂਗਾ, ਪਰ ਮੈਂ ਇੱਥੋਂ ਪੂਰੇ 5 ਲੱਖ ਦਾ ਸਮਾਨ ਲੈ ਕੇ ਜਾ ਰਿਹਾ ਦੋਸਤੋ, ਜਿਹੜਾ ਕਿ ਮੈਨੂੰ ਲੱਗਦਾ ਕਿ 25-30 ਲੱਖ ਦਾ ਹੋਣਾ ਹੈ। ਤੁਸੀਂ ਵੀ ਜਦੋਂ ਆਉਂਗੇ ਤੁਹਾਨੂੰ ਇਹੀ ਪਤਾ ਲੱਗੇਗਾ ਕਿ ਯਾਰ ਕਮਾਲ ਹੈ, ਇੰਨਾ ਵਧੀਆ ਸਮਾਨ ਅਤੇ ਇੰਨੇ ਘੱਟ ਰੇਟ 'ਤੇ। ਦੇਖੋ ਰਸ ਦੇਖੋ ਲੋਕਾਂ ਦਾ, ਇਹ ਇਸੇ ਕਰਕੇ ਆ ਕਿਉਂਕਿ ਬਹੁਤ ਹੀ ਵਧੀਆ ਚੀਜ਼ਾਂ ਬਹੁਤ ਹੀ ਘੱਟ ਰੇਟ 'ਤੇ। ਇਹ ਮਨਜੀਤ ਜੀ ਕਿੱਥੇ ਡਾਕਾ ਮਾਰਿਆ ਤੁਸੀਂ, ਇਹ ਇੰਨਾ ਘੱਟ ਸਮਾਨ ਰੇਟ 'ਤੇ ਤੁਹਾਨੂੰ ਕਿੱਦਾਂ ਮਿਲ ਗਿਆ? ਪਿਆਰ ਹਮੇਸ਼ਾ ਮਿਲਦਾ ਅੱਜ ਆਪ ਜੀ ਦੀ ਵੀਡੀਓ ਥਰੂ ਲੋਕਾਂ ਨੂੰ ਹੋਰ ਅਵੇਅਰਨੈਸ ਹੋਏਗੀ। ਅਗਲੀ ਵੀਡੀਓ 'ਤੇ ਆਪਾਂ ਤੁਹਾਡੇ ਲਈ ਦੀਵਾਲੀ ਆਫਰ ਵੀ ਲੈ ਕੇ ਆਵਾਂਗੇ। ਟੱਚ ਰਹੋ, ਦੇਖਦੇ ਰਹੋ ਪਤੀਲਾ ਜੀ ਨੂੰ ਅਤੇ ਨਿਊ ਸਮਾਰਟ ਇਲੈਕਟ੍ਰੋਨਿਕ ਆਉਂਦੇ ਰਹੋ। ਫਿਰ ਮਨਜੀਤ ਜੀ ਗੱਲ ਕੀ ਹੈ ਅਤੇ ਲਓ ਦੋਸਤੋ, ਆਪਾਂ ਪ੍ਰਮੋਸ਼ਨ ਕਰਕੇ ਵਿਹਲੇ ਹੋ ਗਏ ਹਾਂ ਅਤੇ ਥੋੜ੍ਹਾ ਟਾਈਮ ਸੀਗਾ। ਚਲੋ ਮੈਂ ਕਿਹਾ ਮੇਰਾ ਬਹੁਤ ਹੀ ਪਿਆਰਾ ਵੀਰ, ਮੇਰਾ ਭਰਾ ਰਿਸ਼ੀ ਜਿਹੜਾ ਕਿ ਗੁੜਗਾਓਂ ਰਹਿੰਦਾ, ਗੁੜਗਾਓਂ ਕਹਿ ਲਓ ਕਿ ਪੈਰਿਸ ਇਹੋ ਜਿਹਾ ਬਣਾ ਦਿੱਤਾ ਇੰਡੀਅਨ ਗੌਰਮੈਂਟ ਨੇ, ਆਪਾਂ ਉੱਥੇ ਜਾ ਰਹੇ ਹਾਂ, ਸੋ ਉਹਨੂੰ ਮਿਲਦੇ ਹਾਂ। ਅਤੇ ਮੇਰਾ ਵੀਰ ਚੈੱਸ ਬਹੁਤ ਵਧੀਆ ਖੇਡਦਾ, ਹਰ ਵਾਰੀ ਮੈਨੂੰ ਹਰਾਉਂਦਾ, ਮੇਰਾ ਬੜਾ ਮਨ ਸੀ ਅੱਜ ਹਾਰਨ ਦਾ। ਮੈਂ ਕਿਹਾ ਚਲੋ ਅੱਜ ਜਾਂਦੇ ਹਾਂ ਚੈੱਸ ਦੀ ਬਾਜ਼ੀ ਲਾਉਂਦੇ ਰਿਸ਼ੀ ਨਾਲ, ਜਾਓ ਫਿਰ ਚੱਲੀਏ ਗੁੜਗਾਓਂ। ਲਓ ਜੀ ਦੋਸਤੋ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਪਹੁੰਚ ਗਏ ਹਾਂ ਰਿਸ਼ੀ ਕੋਲ ਅਤੇ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਚੈੱਸ ਖੇਡਣੀ ਹੈ ਉੱਥੇ। ਸੋ ਦੇਖੋ ਕਿੰਨੇ ਪਿਆਰੇ ਪਿਆਰੇ ਜਿਹੜੇ ਪੀਸਿਸ ਹੈਗੇ ਆ ਚੈੱਸ ਦੇ, ਉਹ ਰਿਸ਼ੀ ਸਾਡਾ ਬਹੁਤ ਸ਼ੌਕੀਨ ਹੈ, ਇਹਨੇ ਰੱਖੇ ਹੋਏ ਆ ਉਹ ਦੇਖੋ। ਅਤੇ ਸਾਜਰੀ ਹੈ ਗੇਮ, ਪਹਿਲੀ ਗੇਮ ਲੱਗੇਗੀ ਰਾਹੁਲ ਨਾਲ ਅਤੇ ਉਹਦੇ ਤੋਂ ਬਾਅਦ ਲੱਗੇਗੀ ਮੇਰੇ ਨਾਲ, ਅਤੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਕੌਣ ਵਿਨਰ ਹੈ ਅਤੇ ਕੌਣ। ਵੈਸੇ ਇਹ ਬੜਾ ਕੱਟੜ ਹੈ ਚੈੱਸ ਦੇ ਵਿੱਚ, ਜਿੱਦਾਂ ਉਹ ਸ਼ੋਏਬ ਅਖਤਰ ਨਹੀਂ ਖੇਡਦਾ ਕ੍ਰਿਕਟ, ਉੱਦਾਂ ਹੀ ਖੇਡਦਾ ਚੈੱਸ, ਪੂਰਾ ਐਨ ਲੈ ਕੇ ਗੁੱਸਾ ਮਨ 'ਚ, ਮੈਨੂੰ ਪਤਾ ਇਹਦੀ ਆਦਤ ਦਾ। ਲਓ ਜੀ ਦੋਸਤੋ, ਦੇਖੋ ਪਾਪਾ ਦਾ ਅਸੀਂ ਭਾਈ ਦਾ ਮੈਚ ਲੱਗਾ ਹੈ। ਇਹ ਬੰਦਾ ਹਮੇਸ਼ਾ ਰੋਂਡੀ ਬੈਠਦਾ ਜੀ, ਕਦੀ ਬੋਰਡ ਪੁੱਠਾ ਰੱਖ ਦਿੰਦਾ, ਕਦੀ ਬੀਜ ਬੁੱਢੇ ਕਰ ਦਿੰਦਾ। ਲਓ ਜੀ ਦੋਸਤੋ, ਵਾਪਸ ਤਿਆਰੀ ਆਪਣੇ ਸ਼ਹਿਰ ਜਲੰਧਰ ਜਾਣ ਦੀ। ਵਧੀਆ ਪ੍ਰਮੋਸ਼ਨ ਹੋ ਗਈ, ਆਪਣੇ ਭਰਾ ਨੂੰ ਵੀ ਮਿਲ ਰਿਹਾ, ਛੱਡਣ ਵੀ ਉਹੀ ਜਾ ਰਿਹਾ। ਸੋ ਟਰਮੀਨਲ 3 ਤੋਂ ਫਲਾਈਟ ਹੈ ਆਪਣੀ ਵਾਪਸ ਅੰਮ੍ਰਿਤਸਰ, ਆਲਮੋਸਟ ਰਸ਼ ਹੈ, ਪਹੁੰਚਣ ਵਾਲੇ ਹਾਂ ਆਪਾਂ। ਸੋ ਦੋਸਤੋ, ਇਹ ਵਲੋਗ ਆਪਾਂ ਅੱਜ ਦਾ ਇੱਥੇ ਖਤਮ ਕਰਦੇ ਹਾਂ। ਤੁਸੀਂ ਦੱਸਣਾ ਹੁਣ ਜ਼ਰੂਰ ਕਿ ਇਹ ਵਲੋਗ ਤੁਹਾਨੂੰ ਇਸ ਵਾਰੀ ਕਿੱਦਾਂ ਦਾ ਲੱਗਾ, ਜੇ ਤੁਸੀਂ ਤੁਹਾਨੂੰ ਵਧੀਆ ਲੱਗ ਰਹੇ ਸਾਡੇ ਵਲੋਗ, ਸਾਡੀ ਤੁਹਾਨੂੰ ਜਿਹੜੀ ਫੁਟੇਜ ਹੈ ਵਧੀਆ ਪਸੰਦ ਆ ਰਹੀ ਹੈ ਤਾਂ ਅਸੀਂ ਇੱਦਾਂ ਹੀ ਅੱਗੇ ਤੁਹਾਡੇ ਵਾਸਤੇ ਬਣਾਵਾਂਗੇ। ਸੋ ਲਾਈਕ ਕਰੋ, ਕਮੈਂਟ ਕਰੋ, ਜ਼ਰੂਰ ਸ਼ੇਅਰ ਕਰੋ ਵੀਡੀਓ ਨੂੰ ਦੱਬ ਕੇ। ਗੱਲ ਕੀ ਹੈ ਪਟੀਲਾ ਜੀ? ਦੇਖਿਆ ਦੋਸਤੋ, ਹੋ ਗਈ ਨਾ ਅਨਾਊਂਸਮੈਂਟ, ਮੈਂ ਅਨਾਊਂਸਮੈਂਟ ਤੋਂ ਬਾਅਦ ਹੀ ਜਾਣਾ ਸੀ। ਥੈਂਕ ਯੂ, ਕਮਿੰਗ ਕਮਿੰਗ।